ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ। ਇਹ ਵੀਡੀਓ ਦਾ ਸੈਕਿੰਡ ਪਾਰਟ ਹੈ। ਕੱਲ੍ਹ ਵਾਲੀ ਜਿਹੜੀ ਵੀਡੀਓ ਸੀ, ਜਿਨ੍ਹਾਂ ਨੇ ਨਹੀਂ ਦੇਖੀ ਉਹ ਪਲੀਜ਼ ਇੱਕ ਵਾਰੀ ਦੇਖ ਲਿਓ। ਉਹ ਪਾਰਟ 1 ਹੈ, ਇਹ ਪਾਰਟ 2 ਹੈ। ਅਸੀਂ ਲੰਬੀ ਹੀਟ ਦੇ ਵਿੱਚ ਜਿਹੜੀਆਂ ਗਾਵਾਂ ਗੰਦੇ ਡਿਸਚਾਰਜ ਕਰਦੀਆਂ ਨੇ ਉਹਨਾਂ ਦੇ ਉੱਤੇ ਗੱਲ ਕਰ ਚੁੱਕੇ ਹਾਂ। ਅੱਜ ਅਸੀਂ ਗੱਲ ਕਰਾਂਗੇ ਜਿਹੜੀਆਂ ਗਾਵਾਂ ਲੰਬੀ ਹੀਟ 'ਚ ਤਾਂ ਰਹਿੰਦੀਆਂ ਨੇ, ਪ੍ਰੈਗਨੈਂਟ ਵੀ ਨਹੀਂ ਹੁੰਦੀਆਂ ਅਤੇ ਡਿਸਚਾਰਜ ਵੀ ਬਿਲਕੁਲ ਸਾਫ਼ ਕਰਦੀਆਂ ਨੇ, ਸ਼ੀਸ਼ੇ ਵਾਂਗੂ ਸਾਫ਼ ਕਰਦੀਆਂ ਨੇ, ਫਿਰ ਉਹ ਪ੍ਰੈਗਨੈਂਟ ਕਿਉਂ ਨਹੀਂ ਹੁੰਦੀਆਂ? ਅੱਜ ਅਸੀਂ ਇਸ ਦੇ ਉੱਤੇ ਗੱਲ ਕਰਾਂਗੇ। ਗੱਲ ਕਰਨ ਤੋਂ ਪਹਿਲਾਂ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਡੇਅਰੀ ਫਾਰਮਿੰਗ ਦੇ ਵਿੱਚ ਜਿਨ੍ਹਾਂ ਨੇ ਵੀ ਕਮਰਸ਼ੀਅਲ ਤੌਰ 'ਤੇ ਡੇਅਰੀ ਫਾਰਮ ਕਰਨਾ, ਉਹਨਾਂ ਦੇ ਹੱਥ ਵਿੱਚ ਇੱਕ ਤਜ਼ਰਬੇਕਾਰ ਅਤੇ ਬਹੁਤ ਵਧੀਆ ਵੈਟਨਰੀ ਡਾਕਟਰ ਜ਼ਰੂਰ ਹੋਣੇ ਚਾਹੀਦੇ ਹੈ, ਜਿਨ੍ਹਾਂ ਦਾ ਹੱਥ ਬਹੁਤ ਸਾਫ਼ ਹੋਏ, ਜਿਨ੍ਹਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੋਏ। ਹੁਣ ਮੈਂ ਤੁਹਾਨੂੰ ਇਗਜ਼ੈਂਪਲ ਦੱਸਦੀ ਹਾਂ। ਹੁਣ ਮੈਂ ਵਾਂ, ਭਾਵੇਂ ਮੈਨੂੰ ਮੈਡੀਸਨ ਦੀ ਨੌਲੇਜ ਹੋਵੇ, ਭਾਵੇਂ ਮੈਨੂੰ ਟੈਕਨੀਕਲ ਚੀਜ਼ਾਂ ਦਾ ਪਤਾ ਹੋਵੇ, ਪਰ ਮੈਂ ਗਾਂ ਦੇ ਅੰਦਰ ਹੱਥ ਪਾ ਕੇ ਉਹਦੀ ਓਵਰੀ ਦੇ ਉੱਤੇ ਸਿਸਟ ਨਹੀਂ ਚੈੱਕ ਕਰ ਸਕਦੀ। ਪਤਾ ਹੈ ਸਿਸਟ ਕੀ ਹੁੰਦੀ ਹੈ, ਸਿਸਟ ਟੁੱਟਦੀ ਕਿਵੇਂ ਹੈ, ਪਰ ਸਿਸਟ ਹੈਗੀ ਹੈ ਕਿ ਨਹੀਂ ਹੈਗੀ, ਇਹ ਮੇਰੇ ਤਜ਼ਰਬੇ ਦੇ ਵਿੱਚ ਨਹੀਂ ਹੈਗਾ, ਇਹ ਮੈਨੂੰ ਨਹੀਂ ਆਉਂਦਾ। ਇਸੇ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੇ ਤੁਸੀਂ ਇਸ ਫੀਲਡ ਦੇ ਵਿੱਚ ਆਉਣਾ ਤਾਂ ਤੁਹਾਡੇ ਡਾਕਟਰ ਦਾ ਹੱਥ ਬਹੁਤ ਸਾਫ਼ ਹੋਣਾ ਚਾਹੀਦਾ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਿਸਟ ਕਿਵੇਂ ਦੀ ਹੁੰਦੀ ਹੈ, ਉਹ ਟੁੱਟਦੀ ਕਿਵੇਂ ਹੈ ਅਤੇ ਕਿਵੇਂ ਪੈਲਪੇਟ ਕੀਤੀਆਂ ਜਾਂਦੀਆਂ ਨੇ। ਜਿਹੜੀਆਂ ਗਾਵਾਂ ਹੀਟ ਦੇ ਵਿੱਚ ਰਹਿੰਦੀਆਂ ਨੇ, ਜਾਂ ਲੰਬੀ ਹੀਟ, ਜਾਂ ਫਿਰ ਥੋੜ੍ਹੇ ਦਿਨਾਂ ਬਾਅਦ ਫਿਰ ਹੀਟ ਦੇ ਵਿੱਚ ਆ ਜਾਂਦੀਆਂ, ਆਪਣਾ ਹੀਟ ਦਾ ਸਾਈਕਲ ਪੂਰਾ ਨਹੀਂ ਕਰਦੀਆਂ, ਉਹਨਾਂ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ, 95% ਜਿਹੜੀ ਪ੍ਰੋਬਲਮ ਹੁੰਦੀ ਹੈ, ਉਹ ਹਾਰਮੋਨਸ ਦੀ ਪ੍ਰੋਬਲਮ ਹੁੰਦੀ ਹੈ। ਤੁਹਾਡੀ ਗਾਵਾਂ ਦੇ ਵਿੱਚ ਹਾਰਮੋਨਸ ਦੀ ਪ੍ਰੋਬਲਮ ਹੈ, ਹਾਰਮੋਨਸ ਇਮਬੈਲੈਂਸ ਹੋ ਚੁੱਕੇ ਨੇ, ਜਿਹਦੇ ਕਰਕੇ ਉਹਦੀ ਹੀਟ ਪ੍ਰੋਪਰ ਨਹੀਂ ਆ ਰਹੀ ਅਤੇ ਡਿਸਚਾਰਜ ਉਹ ਸਾਫ਼ ਦੇ ਰਹੀ ਹੈ। ਇਸ ਦਾ ਮਤਲਬ ਕਿ ਉਹਦੀ ਯੂਟਰਸ ਦੀ ਕੋਈ ਪ੍ਰੋਬਲਮ ਨਹੀਂ ਹੈ, ਯੂਟਰਸ ਬਿਲਕੁਲ ਸਾਫ਼ ਹੈ, ਇੰਟਰਾ ਯੂਟਰਾਈਨ ਉਹਨੂੰ ਕੋਈ ਵੀ ਇਨਫੈਕਸ਼ਨ ਨਹੀਂ ਹੈਗੀ, ਉਹਦੇ ਸਿਰਫ ਮਸਲਾ ਅਤੇ ਮਸਲਾ ਉਹਦੇ ਹਾਰਮੋਨਸ ਦਾ ਹੈ। ਹਾਰਮੋਨਸ ਦੇ ਵਿੱਚ ਅਸੀਂ ਦੋ ਚੀਜ਼ਾਂ ਲੈ ਕੇ ਚੱਲਦੇ ਹਾਂ। ਇੱਕ ਤਾਂ ਹੁੰਦਾ ਕਿ CL ਬਣਿਆ, ਜਦੋਂ ਗਾਂ ਦੇ ਅੰਦਰ CL ਬਣਿਆ ਹੋਵੇ ਨਾ, ਇਹ ਡਾਕਟਰ ਪੈਲਪੇਟ ਕਰਕੇ ਦੱਸ ਦਿੰਦੇ ਨੇ ਕਿ CL ਬਣਿਆ ਕਿ ਨਹੀਂ ਬਣਿਆ। ਉਸ CL ਨੂੰ, ਕਾਰਪਸ ਲਿਊਟਮ ਨੂੰ ਤੋੜਨਾ ਪੈਂਦਾ ਅਤੇ ਇਸ CL ਨੂੰ ਜਿਹੜਾ ਤੋੜਦਾ ਹੁੰਦਾ ਨਾ, ਉਹ ਹੁੰਦਾ ਵੈਟਮੇਟ। ਕਲੋਪ੍ਰੋਸਟੀਨੋਲ ਇਹਦਾ ਸੋਲਟ ਹੈ, ਵੈਟਮੇਟ ਕਾਰਗਿਲ ਦਾ ਅਸੀਂ ਲਾਉਂਦੇ ਹਾਂ, ਬੈਸਟ ਰਿਜ਼ਲਟ ਦਿੰਦਾ, 2 ml ਲੱਗਦਾ ਅਤੇ CL ਜਿਹੜਾ ਹੈਗਾ ਉਹ ਟੁੱਟ ਜਾਂਦਾ। ਠੀਕ ਹੈ ਜੀ, ਜੇ CL ਦੇ ਕਰਕੇ ਤੁਹਾਡੀ ਗਾਂ ਬਾਰ ਬਾਰ ਰਿਪੀਟ ਕਰ ਰਹੀ ਹੈ, ਹੀਟ ਦੇ ਵਿੱਚ ਆ ਰਹੀ ਹੈ, ਡਿਸਚਾਰਜ ਸਾਫ਼ ਦੇ ਗਈ ਹੈ, ਤਾਂ ਫਿਰ ਤੁਸੀਂ ਵੈਟਮੇਟ ਲਗਾਓਗੇ ਤਾਂ ਫਿਰ ਤੁਹਾਡਾ ਮਸਲਾ ਖਤਮ ਹੋ ਜਾਏਗਾ। ਪਰ ਜੇ ਤੁਹਾਡੀ ਗਾਂ ਸਿਸਟ ਦੇ ਕਰਕੇ ਬਾਰ ਬਾਰ ਲੰਬੀ ਹੀਟ ਦੇ ਵਿੱਚ ਜਾਂ ਬਾਰ ਬਾਰ ਤੁਹਾਨੂੰ ਕੰਸੈਪਸ਼ਨ ਦੇ ਵਿੱਚ ਪ੍ਰੋਬਲਮ ਦੇ ਰਹੀ ਹੈ, ਤਾਂ ਉਹਦਾ ਪਹਿਲਾ ਹੱਲ ਹੁੰਦਾ ਹੈ ਰਿਸੈਪਟਲ। ਬੂਸਰਲਿਨ ਐਸੀਟੇਟ ਨਾਂ ਦਾ ਸੋਲਟ ਆਉਂਦਾ ਰਿਸੈਪਟਲ, ਉਹਦੀ ਤੁਸੀਂ ਡਬਲ ਡੋਸ, ਯਾਨੀ ਕਿ 2.5 ml ਲੱਗਦਾ, ਜੇ ਤੁਸੀਂ 5 ml ਲਾਉਂਦੇ ਹੋ ਤਾਂ ਫਿਰ ਸਿਸਟ ਟੁੱਟ ਜਾਂਦੀ ਹੈ। ਪਹਿਲੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਇੰਜੈਕਸ਼ਨ ਦੇ ਨਾਲ ਸਿਸਟ ਤੋੜ ਕੇ ਵੇਖ ਲਓ। ਕਈ ਵਾਰੀ ਹੁੰਦਾ ਹੈ ਕਿ ਸਿਸਟ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਨਾਲ ਨਹੀਂ ਟੁੱਟਦੀ, ਉਹ ਡਾਕਟਰ ਨੂੰ ਆਪਣੇ ਹੱਥ ਦੇ ਨਾਲ ਕਰਸ਼ ਕਰਨੀ ਪੈਂਦੀ ਹੈ, ਫਿਰ ਉਹ ਟੁੱਟਦੀ ਹੈ। ਹੁਣ ਸਿਸਟ ਦਾ ਕੀ ਕਰਾਂ? ਦੇਖੋ ਜੀ, ਜਦੋਂ ਵੀ ਸਿਸਟ ਹੁੰਦੀ ਹੈ ਨਾ, ਸਿਸਟ ਅਸੀਂ ਕਹਿੰਦੇ ਹਾਂ ਪਾਣੀ ਦੀ ਭਰੀ ਹੋਈ ਰਿਸੋਲੀ ਨੂੰ ਜਾਂ ਫੋਲੀਕਲ ਨੂੰ, ਫੋਲੀਕੂਲਰ ਸਿਸਟ ਆਉਂਦੀ ਹੈ ਜਾਂ ਫਿਰ ਲਿਊਟੀਅਲ ਸਿਸਟ ਆਉਂਦੀ ਹੈ। ਜਿਹੜੀ ਇਹ ਸਿਸਟ ਹੁੰਦੀ ਹੈ ਨਾ, ਇਹਦੇ ਵਿੱਚੋਂ ਐਗ, ਆਂਡਾ ਬਾਹਰ ਨਹੀਂ ਨਿਕਲਦਾ, ਅਤੇ ਜਿਹੜੀ ਇਹ ਜਿਹੜਾ
ਬਣਿਆ ਹੁੰਦਾ ਨਾ ਫੋਲੀਕਲ, ਇਹ ਹੌਲੀ ਹੌਲੀ ਗਾਂ ਦੇ ਅੰਦਰ ਹਾਰਮੋਨ ਛੱਡਦਾ ਰਹਿੰਦਾ, ਜਿਹਦੇ ਕਰਕੇ ਸਾਡੀ ਗਾਂ ਲੰਬੀ ਹੀਟ ਦੇ ਵਿੱਚ ਜਾਂ ਫਿਰ ਥੋੜ੍ਹੇ ਥੋੜ੍ਹੇ ਦਿਨਾਂ ਦੇ ਬਾਅਦ ਹੀਟ ਦੇ ਵਿੱਚ ਆਉਂਦੀ ਰਹਿੰਦੀ ਹੈ। ਸਭ ਤੋਂ ਵੱਡਾ ਕਾਰਨ ਤੁਹਾਡੀ ਗਾਂ ਦੇ ਵਿੱਚ ਸਿਸਟ ਦਾ, ਠੀਕ ਹੈ। ਤੁਸੀਂ ਇੱਕ ਵਾਰੀ ਜਿਹੜੀ ਵੀ ਗਾਂ ਤੁਹਾਡੀ ਇਹੋ ਜਿਹੀ ਪਰੇਸ਼ਾਨੀ ਦਿੰਦੀ ਪਈ ਹੈ, ਕਿਸੇ ਚੰਗੇ ਡਾਕਟਰ ਦੇ ਕੋਲੋਂ ਉਹਦੀ ਓਵਰੀ ਅਤੇ ਉਹਦਾ ਯੂਟਰਸ ਜ਼ਰੂਰ ਚੈੱਕ ਕਰਾ ਲਓ। ਜੇ ਤੁਸੀਂ ਇੰਨਾ ਕੰਮ ਕਰ ਲੈਂਦੇ ਹੋ ਨਾ, ਤਾਂ ਤੁਹਾਡੀਆਂ ਗਾਵਾਂ ਕੰਸੀਵ ਪੱਕਾ ਕਰਨਗੀਆਂ, ਠੀਕ ਹੈ। ਇੱਕ ਹੋਰ ਗੱਲ ਆਉਂਦੀ ਹੈ ਕੋਰੋਲੋਨ ਦੀ। ਦੇਖੋ, ਜਿਹੜੀਆਂ ਗਾਵਾਂ ਰਿਸੈਪਟਲ ਦੇ ਨਾਲ ਕੰਸੀਵ ਨਹੀਂ ਨਾ ਕਰਦੀਆਂ ਪਈਆਂ, ਤੁਸੀਂ ਕਹਿੰਦੇ ਹੋ ਕਿ ਐੱਗ ਰਿਲੀਜ਼ ਕਰਨ ਵਾਲਾ ਵੀ ਡਾਕਟਰ ਨੇ ਇੰਜੈਕਸ਼ਨ ਲਾ ਤਾ, ਫਿਰ ਵੀ ਸਾਡੀ ਗਾਂ ਨਹੀਂ ਖਲੋਤੀ, ਇਹੋ ਜਿਹੀਆਂ ਗਾਵਾਂ ਦੇ, ਦੇਖੋ ਜਿਹੜਾ ਰਿਸੈਪਟਲ ਹੁੰਦਾ ਨਾ ਗਾਂ ਦੇ ਦਿਮਾਗ ਦੇ ਵਿੱਚੋਂ ਹਾਰਮੋਨ ਨੂੰ ਰਿਲੀਜ਼ ਕਰਦਾ। ਕਈ ਗਾਵਾਂ ਦੇ ਉਹ ਸਿਸਟਮ ਕਮਜ਼ੋਰ ਹੁੰਦਾ, ਤਾਂ ਕਰਕੇ ਉਹ ਹਾਰਮੋਨ ਉਸ ਮਾਤਰਾ ਦੇ ਵਿੱਚ ਰਿਲੀਜ਼ ਨਹੀਂ ਕਰਦੀਆਂ ਜਿਸ ਮਾਤਰਾ ਦੇ ਵਿੱਚ ਉਹਨੂੰ ਕਰਨਾ ਚਾਹੀਦਾ। ਇਹਦੇ ਵਾਸਤੇ ਅਸੀਂ ਕੋਰੋਲੋਨ ਦਾ ਇਸਤੇਮਾਲ ਕਰਦੇ ਹਾਂ। ਕੋਰੋਲੋਨ ਜਿਹੜਾ ਹੁੰਦਾ, ਇਹ ਉਹ ਹਾਰਮੋਨ ਹੁੰਦਾ ਜਿਹੜਾ ਗਾਂ ਨੇ ਆਪਣੇ ਦਿਮਾਗ ਦੇ ਵਿੱਚੋਂ ਕੱਢਣਾ ਸੀ। ਰਿਸੈਪਟਲ ਕੀ ਕਰਦਾ ਕਿ ਹਾਰਮੋਨ ਨੂੰ ਦਿਮਾਗ ਦੇ ਵਿੱਚੋਂ ਕਢਾਉਂਦਾ ਹੈ, ਕੋਰੋਲੋਨ ਹੁੰਦਾ ਕਿ ਉਹ ਆਪ ਹਾਰਮੋਨ ਹੁੰਦਾ, ਠੀਕ ਹੈ। ਇਹ ਗਾਂ ਨੂੰ ਸਿੱਧਾ ਅਸਰ ਕਰਦਾ ਕੋਰੋਲੋਨ। ਜਿਹੜੀਆਂ ਗਾਵਾਂ ਤੁਹਾਡੀਆਂ 2-3 ਵਾਰੀ ਰਿਸੈਪਟਲ ਲਾਉਣ ਦੇ ਨਾਲ ਕੰਸੀਵ ਨਹੀਂ ਕਰਦੀਆਂ, ਉਹਨਾਂ ਨੂੰ ਕੋਰੋਲੋਨ ਲਾਓ। ਕੋਰੋਲੋਨ ਅਤੇ ਰਿਸੈਪਟਲ ਦੇ ਵਿੱਚ ਕੀ ਫਰਕ ਹੁੰਦਾ, ਇਹਦਾ ਲਿੰਕ ਮੈਂ ਤੁਹਾਨੂੰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕਰ ਦਾਂਗੀ, ਉਹ ਤੁਸੀਂ ਜ਼ਰੂਰ ਦੇਖ ਲਿਓ। ਅਤੇ ਇਹ ਸਿਰਫ ਅਤੇ ਸਿਰਫ ਜਿਹੜੀਆਂ ਗਾਵਾਂ ਸਾਫ਼ ਡਿਸਚਾਰਜ ਕਰਦੀਆਂ ਨੇ ਅਤੇ ਹੀਟ ਦੇ ਵਿੱਚ, ਲੰਬੀ ਹੀਟ ਦੇ ਵਿੱਚ ਜਾਂ ਰੈਗੂਲਰ ਹੀਟ ਦੇ ਵਿੱਚ ਨਹੀਂ ਆਉਂਦੀਆਂ, ਉਹ ਸਿਰਫ ਅਤੇ ਸਿਰਫ ਤੁਹਾਡੇ ਡਾਕਟਰ ਦੇ ਹੱਥ ਹੈ। ਜਾਂ ਤੁਸੀਂ ਅਲਟਰਾਸਾਊਂਡ ਕਰਾ ਲਓ ਜਾਂ ਆਪਣੇ ਡਾਕਟਰ ਦੇ ਕੋਲੋਂ ਚੈੱਕ ਕਰਾ ਲਓ ਕਿ ਕੀ ਪ੍ਰੋਬਲਮ ਹੈ ਅੰਦਰ। ਦੋਨਾਂ ਦੇ ਵਿੱਚੋਂ ਇੱਕ ਪ੍ਰੋਬਲਮ ਹਾਰਮੋਨਲ ਪ੍ਰੋਬਲਮ ਪੱਕਾ ਹੈਗੀ ਹੈ। ਵੈਟਮੇਡ ਜਾਂ ਰਿਸੈਪਟਲ ਦਾ ਇਸਤੇਮਾਲ ਕਰਕੇ ਤੁਸੀਂ ਇਸ ਪ੍ਰੋਬਲਮ 'ਚੋਂ ਨਿਕਲ ਸਕਦੇ ਹੋ। ਅਤੇ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਚੰਗੀ ਕੀਤੀ ਹੈ। ਜੇ ਅਜੇ ਵੀ ਕੋਈ ਪ੍ਰੋਬਲਮ ਹੈਗੀ ਹੈ, ਥੱਲੇ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਹਮੇਸ਼ਾ ਖੁੱਲ੍ਹਾ, ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ।